ਇੱਕ ਹਾਫ ਡੋਰ ਟਚਿੰਗ ਕਹਿ ਰਹੇ ਨੇ, ਹਾਫ ਡੋਰ ਦੀ ਯਾਨੀ ਅੱਧਾ ਦਰਵਾਜ਼ਾ ਟੱਚ ਹੈ, ਤੁਸੀਂ ਪੂਰਾ ਹੀ ਲਾਓ। ਇੱਕ ਪੀਸ ਟੱਚ ਹੈ, 2020 ਮਾਡਲ ਹੈ, 46,30,000 ਰੁਪਏ ਬਾਲਟੀ ਡਿਮਾਂਡ ਕਰਦੀ ਹੈ। ਆਟੋ ਜੀਐਲ ਆਈ ਹੈ, 2020 ਮਾਡਲ। ਬੋਲੋ ਜੀ ਬਾਲਣ ਲਓ ਜੀ ਬੋਲੀ ਆਟੋ 2020 ਮਾਡਲ, 46,30,000 ਰੁਪਏ ਡਿਮਾਂਡ, ਅੱਧੇ ਪੀਸ ਦੀ ਟਚਿੰਗ ਜੀ। ਲਓ ਬੋਲੀ ਜੀ, ਲਓ ਬੋਲੀ ਜੀ, ਲਓ ਬੋਲੀ ਜੀ। ਬਾਰੀ ਆਏਗੀ ਆਪ ਇੱਕ ਦਫਾ ਓਵਰਵਿਊ ਦੇ ਦਿੰਦਾ ਇਸ ਕਾ ਚੈੱਕ ਕਰਨਾ।
ਇਹ ਗਾੜੀਆਂ ਆ ਗਈ ਹੈ, ਲਾਈਨ ਲੱਗੀ ਹੋਈ ਹੈ। ਅੰਕਲ ਨੇ ਆਪਣੀ ਗਾੜੀ ਬਲੀਨੋ ਬੀਚ ਆਉਣ ਦੀ ਕੋਸ਼ਿਸ਼ ਕੀ ਹੈ, ਦੇਖੋ ਕਿਉਂਕਿ ਬਾਰੀ ਆ ਚੁੱਕੀ ਹੈ ਕਿ ਨਹੀਂ। ਔਰ ਇਹ ਦੇਖੇ ਐਕਸਟਰਲੇ ਵਗੈਰਾ ਜੋ ਸਭੀ ਗਾੜੀਆਂ ਦੇਖੀ ਹੈ, ਇਹ ਆ ਕੇ ਉਹ ਐਂਡ ਫਿਰ ਹੁੰਦੀ ਹੈ, ਇਹ ਸ਼ਾਇਦ ਤਰਵ ਹੈ। ਇਧਰ ਇਹ ਇਨਵੈਸਟਰ ਕੀ ਗਾੜੀਆਂ, ਇਧਰ ਉੱਥੇ ਲੋਕਲ ਹੈ ਔਰ ਬੀਜ ਇਨਵੈਸਟਰ ਵਗੈਰਾ ਜੋ ਸਭੀ ਉਨਕੀ ਗਾੜੀਆਂ, ਇਸੇ ਤਰ੍ਹਾਂ ਉਨਕੀ ਗਾੜੀ ਇਧਰ ਬਾਹੂ ਮੋਟਰ ਪਰ ਸੇਲ ਹੋਣੇ ਕਦੀ ਆਈ ਹੋਈ ਹੈ। ਔਰ ਆਗੇ ਜੋ ਤੁਸੀਂ ਇਹ ਬੋਲੀਆਂ ਵਗੈਰਾ ਇਨਕੀ ਲੱਗ ਰਹੀ ਹੈ। ਇਕੱਤੀ ਪੰਜਾਬ 15 ਮਾਡਲ ਜੀ ਐਲ ਆਈ ਕੀ ਡਿਮਾਂਡ ਕਰ ਰਹੇ ਹਾਂ, 14 ਮਾਡਲ ਹੈ 15 ਕੀ ਦੂਸਰੇ ਨਾਲ ਹੋਰ ਕੀ, ਲੇਕਿਨ 22 ਲੱਖ ਰੁਪਏ ਦਾ ਰੇਟ ਜੋ ਥਾ ਲੱਗ ਗਿਆ, ਲੇਕਿਨ ਉਹਨਾਂ ਨੇ ਉਹ 30 ਲੱਖ ਤਾਂ ਕਹਿ ਰਹੇ ਹਾਂ, ਬਾਕੀ ਬਲੈਕ ਕਲਰ ਹੈ। ਆਗੇ ਜੋ ਤੁਸੀਂ ਇੱਕ ਆਏ ਸੀ ਆਪਕੋ ਪਤਾ ਲੱਗ ਗਿਆ, ਲੇਕਿਨ ਨਹੀਂ ਡੀਲ ਬਣ ਸਕੀ। ਜੀ ਆਈ ਆ ਦੁਬਾਰਾ ਇੱਕ ਹੋਰ ਮਾਡਲ ਸੀ, ਖੂਬਸੂਰਤ ਗਾੜੀ ਹੈ, ਸੱਤ ਬੋਨਟ ਪਿਲਰ ਜੈਨੂਅਨ ਹੈ, ਸਾਈਡਾਂ ਦੇ ਡੋਰ ਅਟੈਚ ਕਾਉਂਟਰ ਹੈ, ਇਹ ਟ੍ਰੈਸ਼ ਕਰ ਕੇ ਕਵਰ ਕਰਵਾਏ ਹਨ। ਗਾੜੀ ਚੱਲੀ ਤੇਤੀ ਲੱਖ 75 ਹਜ਼ਾਰ ਰੁਪਇਆ ਜੀ, ਹੌਂਡਾ ਸਿਟੀ ਦਾ ਸ਼ਕੀਨ ਆ ਜਾਓ। ਲਓ ਜੀ ਬੋਲੀ, ਹਾਂਜੀ ਅਠਾਈ ਲੱਖ ਰੁਪਇਆ ਜੀ। ਗਾੜੀ ਲੁੱਕ ਵਾਈਜ਼ ਵੀ ਅੱਛੀ ਹੈ, 28 ਲੱਖ 50 ਹਜ਼ਾਰ ਰੁਪਇਆ ਜੀ 28 ਲੱਖ 50 ਹਜ਼ਾਰ 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 ਜੀ 28 ਲੱਖ 50 ਹਜ਼ਾਰ
ਸਾਢੇ ਅਠਾਈ ਲੱਖ ਰੁਪਇਆ ਕੋਈ ਸਾਢੇ ਅਠਾਈ ਲੱਖ ਰੁਪਇਆ
ਚਲੋ ਕੇ ਆਇਓ ਜਾਂਦੇ ਜੀ ਭਾਈ ਸਾਡੇ ਘਰੇ ਖਿਲਾਰੋ ਸਾਡੇ ਚੈੱਕ ਕਰਾਈ ਆ ਗੱਡੀ ਗਾੜੀ ਲਓ ਜੀ ਵੈਸੇ ਗੱਡੀ ਵੈਸੇ ਵੀ ਮਗਰਬ ਦਾ ਟਾਈਮ ਹੋ ਗਿਆ ਹੋਇਆ ਕੁਛ ਲੋਕਾਂ ਕੋਲ ਜਲਦੀ ਹੈ ਵੈਸੇ ਹੀ ਜਲਦੀ ਕੈਬ ਆਪਣੇ ਘਰੋਂ ਵੀ ਜਾਣਾ ਚਾਹ ਰਹੇ ਹਾਂ ਜੇ ਮਹਿਰਾਨ ਵੀ ਹੈ ਕੁਝ ਗਾੜੀਆਂ ਐਸੀਆਂ ਜੋ ਕਿ ਪਹਿਲੇ ਤੋਂ ਸੋਲਡ ਆਊਟ ਹੋ ਚੁੱਕੀ ਹੋਈਆਂ ਲੇਕਿਨ ਲੋਕ ਅਬ ਉਹਨੇ ਟੈਸਟ ਕਰਨ ਲਈ ਬਾਹਰ ਲੈ ਕੇ ਜਾਣਾ ਚਾਹ ਰਹੇ ਹਾਂ ਲੇਕਿਨ ਰਸਤਾ ਨਾ ਹੋਣੇ ਕੀ ਵਜ੍ਹਾ ਸੀ ਉਹ ਫਿਰ ਲਾਈਨ ਮੈਂ ਲਗਾ ਲਿਆ ਸੀ ਜਾਂਦਾ ਸੀ ਵਾਰੀ ਆਤੇ ਚਲੇ ਗਏ ਇਹ ਨਿਸ਼ਾਨ ਡੇਜ਼ ਮੈਂ ਆਪਕੋ ਦਿਖਾਈ ਸੀ ਜਾਂ ਉਸਦੀ ਤਕਰੀਬਨ ਡੀਲ ਬਣ ਗਈ ਹੋਈ ਹੈ ਲੋਕ ਆਏ ਅਤੇ ਉਹ ਪਾਰਟੀ ਮੈਂ ਚੈੱਕ ਕੀ ਹੈ ਬਸ ਇਸ ਤਰ੍ਹਾਂ ਹੀ ਆ ਮਾਰਕੀਟ ਨੂੰ ਲੋਕ ਆਤੇ ਹੈ